ਸੋ ਜੀ ਗੱਲ ਦੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਦੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਗੱਲ ਕਰਦੇ ਆਂ ਪੰਜਾਬ ਮੌਸਮ ਕਿ ਅੱਜ 21 ਅਗਸਤ ਰਾਤ ਦੇ ਮੌਸਮ ਵਿੱਚ ਕੀ ਹਲਚਲ ਹੋਵੇਗੀ ਸੋ ਪਹਿਲਾਂ ਗੱਲ ਕਰਾਂਗੇ ਦੇਰ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਦੀ ਤੇ ਉਸ ਤੋਂ ਪਹਿਲਾਂ ਜੇਕਰ ਅੱਜ ਆਪਾਂ ਦਿਨ ਦੇ ਸਮੇਂ ਦੀ ਮੌਸਮ ਦੀ ਕੁਝ ਦੇਖੀਏ ਜਾਣਕਾਰੀਆਂ ਸੋ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਸੀ ਕਿ ਪੰਜਾਬ ਦਾ ਜੋ ਮੌਸਮ ਹੈ ਜ਼ਿਆਦਾਤਰ ਪੰਜਾਬ ਦੇ ਪੂਰਬੀ ਅਤੇ ਕੁਝ ਮੱਧ ਪੰਜਾਬ ਤੱਕ ਦੇ ਹਿੱਸਿਆਂ ਤੱਕ ਸੀਮਿਤ ਰਹੇਗਾ ਪੱਛਮੀ ਇਲਾਕਿਆਂ ਵਿੱਚ ਮੌਸਮੀ ਹਲਚਲ ਘੱਟ ਹੋਵੇਗੀ ਕੁਝ ਇਲਾਕਿਆਂ ਵਿੱਚ ਹਲਕਾ ਫੁਲਕਾ ਮੀਂਹ ਪੈ ਸਕਦਾ ਹੈ ਤੇ ਬਾਕੀ ਪੂਰਬੀ ਇਲਾਕਿਆਂ ਵਿੱਚ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਅਤੇ ਕੁਝ ਇਲਾਕਿਆਂ ਦੇ ਵਿੱਚ ਝੜੀनुਮਾ ਬੂੰਦਾਬاندی ਉਹ ਲੰਬੇ 2-4 ਘੰਟਿਆਂ ਤੱਕ ਦੇਖਣ ਨੂੰ ਮਿਲ ਸਕਦੀ ਹੈ ਤਾਂ ਉਸੇ ਤਰ੍ਹਾਂ ਦਾ ਮ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ ਹੈ ਸੋ ਹੁਣ ਦੇ ਗੱਲ ਕਰੀਏ ਅੱਪਾ ਅੱਧੀ ਰਾਤ ਤੱਕ ਦੇ ਮੌਸਮ ਦੀਦਾ ਫਿਲਹਾਲ ਪੰਜਾਬ ਦੇ ਜਿਹੜੇ ਬੱਦਲ ਵਗੇ ਟਟਵੇਂ ਰੂਪ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਬਣੀ ਹੋਈ ਹੈ ਮੀਂਹ ਦੇ ਹਾਲਾਤ ਦੀ ਗੱਲ ਕਰੀ ਤਾਂ ਪੰਜਾਬ ਦੇ ਜਿਹੜੇ ਕੁਝ ਦੱਖਣ ਪੂਰਬੀ ਇਲਾਕੇ ਹੋਣਗੇ ਜਿਵੇਂ ਪਟਿਆਲੇ ਤੋਂ ਲੈ ਕੇ ਸੰਗਰੂਰ ਦੇ ਕੁਝ ਭਾਗ ਮਾਨਸੇ ਦੇ ਹੋਗੇ ਬਰਨਾਲੇ ਦੇ ਹੋਗੇ ਮਲੇਰ ਕੋਟਲਾ ਤੂਰੀ ਸੰਗਰੂਰ ਨਾਭਾ ਸਮਾਣਾ ਪਤਨਾ ਇਹ ਇਲਾਕੇ ਹੋਣਗੇ ਜੋ ਤਾਂ ਇਹਨਾਂ ਇਲਾਕਿਆਂ ਵਿੱਚ ਸ਼ਾਮ ਦੇ ਲਗਭਗ 7 ਵਜੇ ਤੋਂ ਲੈ ਕੇ ਅਗਲੇ 2-4 ਘੰਟਿਆਂ ਤੱਕ ਜਾਣੀ ਅੱਧੀ ਰਾਤ ਤੱਕ ਮੀਂਹ ਦੇ ਹਾਲਾਤ ਬਣਦੇ ਨਜ਼ਰ ਆ ਸਕਦੇ ਨੇ ਇਸ ਦੇ ਨਾਲ ਹੀ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਵਿੱਚ ਵੀ ਮੀਂਹ ਪੈ ਸਕ ਜਿਵੇਂ ਗੋਵਿੰਦਗੜ੍ਹ ਤੋਂ ਨਾਲ ਲੱਗਦੇ ਇਲਾਕੇ ਹੋਗੇ ਸਰਹੰਦ ਤੱਕ ਦੇ ਤੇ ਨਾਲ ਆਪਣੇ ਕੁਝ ਖੰਨਾ ਦੇ ਇਲਾਕੇ ਹੋਗੇ ਸੋ ਇਹ ਜੋ ਇਲਾਕੇ ਹੋਣਗੇ ਮਤਲਬ ਫਤੇਗੜ ਸਾਹਿਬ ਦੇ ਜੋ ਨੇੜੇ ਪੈਂਦੇ ਨੇ ਇਲਾਕੇ ਲੁਧਿਆਣਾ ਜ਼ਿਲ੍ਹੇ ਦੇ ਤਾਂ ਉਹਨਾਂ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੇ ਅਸਰ ਬਣਦੇ ਨਜ਼ਰ ਆ ਸਕਦੇ ਨੇ ਸੋ ਇਸੇ ਤਰ੍ਹਾਂ ਦੀ ਹਲਚਲ ਕੁਝ ਬਰਨਾਲੇ ਦੇ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਪੰਜਾਬ ਦਾ ਜਿਹੜਾ ਮੌਸਮ ਹੈ ਹਲਕੀ ਟੁੱਟਵੀਂ ਬੱਦਲਵਾਈ ਵਾਲਾ ਬਣਿਆ ਰਹੇਗਾ ਅੱਧੀ ਰਾਤ ਤੱਕ ਬੂੰਦਾਬੰਦੀ ਕੁਝ ਇੱਕ ਦੋ ਭਾਗਾਂ ਵਿੱਚ ਹੋ ਸਕਦੀ ਹੈ ਕੋਈ ਜ਼ਿਆਦਾ ਵੱਡੀ ਮੌਸਮੀ ਹਲਚਲ ਜਾਂ ਜ਼ਿਆਦਾ ਮੀਂਹ ਦੇ ਅਸਰ ਨਹੀਂ ਹੋਣਗੇ ਤੇ ਅੱਧੀ ਰਾਤ ਤੋਂ ਬਾਅਦ ਜਿਹੜਾ ਪੰਜਾਬ ਦਾ ਮੌਸਮ ਫਿਰ ਜ਼ਿਆਦਾਤਰ ਆਪਾਂ ਨੂੰ ਇਨ੍ਹਾਂ ਪੂਰਬ ਤੱਕ ਦੇਖਣ ਨੂੰ ਮਿਲੇਗਾ ਬੱਦਲਬਾਜ਼ੀ ਨਾਲ ਲਗਭਗ ਅੱਧੀ ਰਾਤ ਤੋਂ ਬਾਅਦ ਤੜਕੇ ਸਵੇਰ ਦੇ ਸਮੇਂ ਜਿਹੜੇ ਜ਼ਿਆਦਾ ਅਸਰ ਹੋਣਗੇ ਕਿ ਮੀਂਹ ਪੰਜਾਬ ਦੇ ਇੱਕ ਵਾਰ ਫਿਰ ਵੱਖ-ਵੱਖ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਪੰਜਾਬ ਦੇ ਕੁਝ ਉੱਤਰੀ ਇਲਾਕੇ ਜਿਵੇਂ ਹੁਸ਼ਿਆਰਪੁਰ ਦੇ ਹੋਗੇ ਨਵਾਂ ਸ਼ਹਿਰ ਹੋਗੇ ਇਸ ਤੋਂ ਇਲਾਵਾ ਕੁਝ ਭਾਗ ਗੁਰਦਾਸਪੁਰ ਦੇ ਹੋਗੇ ਹੁਸ਼ਿਆਰਪੁਰ ਤੋਂ ਬਾਅਦ ਜਲੰਧਰ ਕਪੂਰਥਲਾ ਦੇ ਕੁਝ ਭਾਗ ਤਾਂ ਇਨ੍ਹਾਂ ਹਿੱਸਿਆਂ ਦੇ ਵਿੱਚ ਵੀ ਥੋੜਾ ਬਹੁਤ ਜੜਾ ਮੌਸਮੀ ਹਲਚਲ ਆਪਾਂ ਨੂੰ ਅੱਜ ਸਕੱਲ ਸਵੇਰ ਤੱਕ ਅੱਜ ਰਾਤ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਕੁਝ ਪੱਛਮੀ ਖੇਤਰ ਜਿਵੇਂ ਅਮਰਸਰ ਦੇ ਹੋਗੇ ਜਾਂ ਉਸ ਤੋਂ ਇਲਾਵਾ ਕੁਝ ਤਰਨਤਨ ਸਾਹਿਬ ਦੇ ਇਲਾਕੇ ਤਾਂ ਇਨ੍ਹਾਂ ਭਾਗਾਂ ਦੇ ਵਿੱਚ ਵੀ ਥੋੜਾ ਬਹੁਤ ਹਲਕਾ ਟੋਟੋ ਵੀ ਕੁਝ ਸਥਾਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਪਰ ਕੋਈ ਜ਼ਿਆਦਾ ਮੀਂਹ ਦੇ ਅਸਰ ਇਨ੍ਹਾਂ ਇਲਾਕਿਆਂ ਵਿੱਚ ਫਿਲਹਾਲ ਬਣਦੇ ਨਜ਼ਰ ਸਿਆਨੂ ਰਹੀ ਪ੍ਰਭਾਵਿਤ ਜਿਆਦਾ ਕਰੇਗਾ ਅਤੇ ਪੱਛਮੀ ਇਲਾਕਿਆਂ ਦੇ ਵਿੱਚ ਹਲਕੀ ਟੁੱਟਵੀਂ ਬੂੰਦਾਬੰਦੀ ਹੋ ਸਕਦੀ ਹੈ ਇਸੇ ਤਰ੍ਹਾਂ ਦਾ ਮਾਹੌਲ ਫਿਰੋਜ਼ਪੁਰ ਫਰੀਦਕੋਟ ਵਾਜਲਿਕਾ ਮੁਕਸਰ ਅਤੇ ਕੁਝ ਬਠਿੰਡੇ ਦੇ ਇਲਾਕੇ ਮੋਗੇ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਹਲਕੇ ਫੁਲਕੇ ਬੱਦਲ ਵਾਈ ਰਹੇਗੀ ਦਰਮਿਆਨੇ ਰੂਪ ਤੱਕ ਦੀ ਬੱਦਲ ਵਾਈ ਰਾਤ ਸਮੇਂ ਗਰਜ ਚਮਕੇ ਜ਼ਰੂਰ ਕਈ ਹਿੱਸਿਆਂ ਵਿੱਚ ਹੋ ਸਕਦੀ ਹੈ ਤੇ ਮੀਂਹ ਵੀ ਹਲਕਾ ਫੁਲਕਾ ਹੀ ਦੇਖਣ ਨੂੰ ਮਿਲੇਗਾ ਪਰ ਅਧੀ ਰਾਤ ਤੋਂ ਬਾਅਦ ਜਦ ਤੜਕੇ ਸਵੇਰ ਦਾ ਸਮਾਂ ਹੋਵੇਗਾ ਤਾਂ ਉਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋ ਸਕਦਾ ਹੈ ਕਿ ਤੇਜ਼ ਮੀਂਹ ਜਾਂ ਬੁਚਾਰਾ ਪੰਜਾਬ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਉਸ ਤੋਂ ਬਾਅਦ ਜਿਹੜੀ ਕੱਲ ਸਵੇਰ ਦੀ ਅਪਡੇਟ ਆਵੇਗੀ ਉਹ ਕੱਲ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਉਸ ਤੋਂ ਉੱਪਰ ਲਈ ਧੰਨਵਾਦ ਜੀ